ਸਤਿ ਸ਼੍ਰੀ ਅਕਾਲ ਪੰਜਾਬ ਮੇਲ USA TV ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅੰਜਲ ਚੱਡਾ ਸਵਾਗਤ ਕਰਦੀ ਹਾਂ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਕਿਸਾਨ ਅੰਦੋਲਨ ਅਪਡੇਟ, ਜਿਹਦੇ ਵਿੱਚ ਅਸੀਂ ਪੰਜਾਬ ਦੇ ਪ੍ਰਸਿੱਧ ਲੇਖਕ ਗੁਰਭਜਨ ਗਿੱਲ ਜੀ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਰ। ਇਸ ਵੇਲੇ ਕਿਸਾਨੀ ਸੰਘਰਸ਼ ਜਿਹੜਾ ਆ ਦਿੱਲੀ ਦੇ ਵਿੱਚ, ਕਿਸਾਨ ਬੈਠੇ ਹੋਏ ਨੇ ਆਪਣੇ ਹੱਕਾਂ ਦੀ ਰਾਖੀ ਲਈ, ਤੁਸੀਂ ਕਿਸਾਨੀ ਸੰਘਰਸ਼ ਬਾਰੇ ਕੀ ਕਹਿਣਾ ਚਾਹੁੰਦੇ ਹੋ? ਜਦੋਂ ਵੀ ਬੱਚੇ ਕੋਈ ਵੀ ਧਰਤੀ ਦੇ ਉੱਤੇ ਲੋਕਾਂ ਨੂੰ ਲੱਗਦਾ ਕਿ ਸਾਡੀ ਹੋਂਦ ਖਤਰੇ ਚ ਹੈ, ਸਾਡੀ ਹਸਤੀ ਖਤਰੇ ਚ ਹੈ, ਸਾਡੀ ਧਰਤੀ ਖਤਰੇ ਚ ਹੈ, ਤਾਂ ਉਦੋਂ ਲੋਕ ਫਿਰ ਸਾਰਾ ਕੁਛ ਤਿਆਗ ਕੇ ਸੰਘਰਸ਼ ਦਾ ਰਾਹ ਮਲਦੇ ਨੇ। ਜਿਹੜੇ ਤਿੰਨ ਬਿੱਲ ਆਏ ਨੇ ਖੇਤੀਬਾੜੀ ਨਾਲ ਸੰਬੰਧਿਤ, ਉਸ ਤੋਂ ਬਾਅਦ ਇੱਕ ਬਿਜਲੀ ਨਾਲ ਸੰਬੰਧਿਤ ਬਿੱਲ ਔਰ ਇੱਕ ਪਰਾਲੀ ਨੂੰ ਅੱਗ ਲਾਉਣ ਤੇ ਜਿਹੜਾ ਜੁਰਮਾਨੇ ਦਾ ਤੇ ਨਾਲ ਦੀ ਨਾਲ ਕੈਦ ਦਾ ਬਿੱਲ ਇੱਕ ਪਾਸ ਕੀਤਾ ਇਹਨਾਂ ਨੇ, ਆਰਡੀਨੈਂਸ ਕੀਤਾ ਨਾਲ ਹੀ। ਇੰਨਾ ਕੁ ਡੇਂਜਰਸ ਹੈ, ਇੰਨਾ ਖਤਰਨਾਕ ਹੈ ਕਿ ਉਸ ਦਾ ਪਰਛਾਵਾਂ ਮਨੁੱਖੀ ਮਨ ਤੇ ਵੀ ਪੈਂਦਾ ਹੈ, ਔਰ ਖਾਸ ਕਰਕੇ ਜਿਹੜੇ ਸਿੱਧਮ ਸਿੱਧੇ ਖੇਤੀਬਾੜੀ ਦੇ ਕੰਮ ਚ ਲੱਗੇ ਹੋਏ ਲੋਕ ਨੇ, ਉਹਨਾਂ ਨੂੰ ਇਹ ਲੱਗਣ ਲੱਗ ਗਿਆ ਕਿ ਅਸੀਂ ਗਏ, ਸਾਡੀ ਹਸਤੀ ਮਿਟਣ ਵਾਲੀ ਹੈ। ਫਿਰ ਆਦਮੀ ਕੋਲ ਜਦੋਂ ਕੁਛ ਵੀ ਨੀ ਬਾਕੀ ਬਚਦਾ ਹਥਿਆਰ, ਤਾਂ ਉਹਦੇ ਵਾਸਤੇ ਸੰਘਰਸ਼ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਹੁੰਦਾ। ਸਾਡੀਆਂ ਪੰਜਾਬ ਦੀਆਂ ਲਗਭਗ ਕਿਸਾਨ ਜਥੇਬੰਦੀਆਂ ਜਿੰਨੀਆਂ ਵੀ ਨੇ, 31 ਦੇ ਕਰੀਬ, ਔਰ ਦੇਸ਼ ਭਰ ਦੀਆਂ ਲਗਭਗ 500 ਦੇ ਕਰੀਬ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਅਸੀਂ ਇਸ ਜ਼ੁਲਮ ਨੂੰ ਨਹੀਂ ਸਹਿਣਾ। ਜੀ, ਇਹਨਾਂ ਬਿੱਲਾਂ ਦੇ ਵਿੱਚ ਖਾਸ ਕਰਕੇ ਤਿੰਨ ਬਿੱਲ ਪਾਸ ਕੀਤੇ ਗਏ ਨੇ, ਉਹਨਾਂ ਦੇ ਵਿੱਚ ਜਿਹੜੀ ਪਹਿਲਾਂ ਦੀ ਗੱਲ ਇਹ ਆ ਕਿ ਜਿਹੜੀ ਖੇਤੀਬਾੜੀ ਹੈ ਉਸ ਨਵੀਨੀਕਰਨ ਦੇ ਨਾਂ ਦੇ ਉੱਤੇ ਇੱਕ ਉਸ ਅਜਾਰੇਦਾਰਾਂ ਦੇ ਟੋਲੇ ਦੇ ਅੱਗੇ ਕੀਤਾ ਜਾ ਰਿਹਾ, ਜਿਹੜਾ ਪੂੰਜੀਪਤੀਆਂ ਦਾ ਇੱਕ ਇਕੱਠ ਹੈ, ਜਿਹੜਾ ਸਰਕਾਰ ਨੂੰ ਬੜਾ ਹਿਜੜਾ ਹੈ, ਬੜਾ ਪਿਆਰਾ ਲੱਗਦਾ, ਔਰ ਆਮ ਕਿਸਾਨ ਜਿਹੜਾ ਉਸ ਤੋਂ ਖਤਰੇ ਦੇ ਥੱਲੇ ਜੀਣ ਦੀ ਹਸਤੀ ਆਪਣੀ ਮਿਟਣ ਤੋਂ ਡਰਦਾ। ਉਹ ਹੁਣ ਜਿਹੜੇ ਅਦਾਰੇ ਜਿੰਨੇ ਵੀ ਵੱਡੇ ਬਣ ਚੁੱਕੇ ਨੇ, ਖਾਸ ਕਰਕੇ ਕੌਮੀ ਔਰ ਬਹੁ ਕੌਮੀ ਕੰਪਨੀਆਂ, ਉਹਨਾਂ ਦੀ ਅਜਾਰੇਦਾਰੀ ਦੇ ਵਿੱਚ ਆਮ ਕਿਸਾਨ ਨੂੰ ਲੱਗ ਰਹੇ ਰਿਹਾ ਕਿ ਜਿਹੜੀ ਕੰਟਰੈਕਟ ਫਾਰਮਿੰਗ ਸਾਡੇ ਤੋਂ ਕਰਵਾਉਣਗੇ ਉਹ ਜਿਹੜੀ ਹੋਏਗੀ ਉਸ ਵਿੱਚ ਜਿਹੜੀਆਂ ਸ਼ਰਤਾਂ ਰੱਖ ਰਹੇ ਨੇ ਉਹ ਇੰਨੀਆਂ ਡਾਢੀਆਂ ਨੇ, ਇੰਨੀਆਂ ਭੈੜੀਆਂ ਨੇ ਕਿ ਉਹ ਸਾਡੀ ਜ਼ਮੀਨ ਨੂੰ ਹਥਿਆਉਣ ਦੇ ਰਾਹ ਤੁਰਨ ਦਾ ਇੱਕ ਉਹਨਾਂ ਦੇ ਵਾਸਤੇ ਇੱਕ ਪੈਂਦੜਾ ਹੈ। ਹਾਂਜੀ, ਉਸ ਤੋਂ ਪਹਿਲਾਂ ਜਿਹੜੇ ਬਿੱਲ ਹੋਰ ਪਾਸ ਕੀਤੇ ਗਏ ਨੇ ਉਹਦੇ ਵਿੱਚ ਇਹ ਆ ਕਿ ਜਿਹੜਾ ਮਾਰਕੀਟਿੰਗ ਸਿਸਟਮ ਹੈ ਸੂਬੇ ਦਾ, ਪੂਰੇ ਦੇਸ਼ ਦਾ ਹੀ, ਉਹ ਵੀ ਤਹਿਸ ਨਹਿਸ ਹੋਏਗਾ, ਕਿਉਂਕਿ ਨਵੀਆਂ ਮੰਡੀਆਂ ਜਿਹੜੀਆਂ ਪ੍ਰਾਈਵੇਟ ਸੈਕਟਰ ਦੀਆਂ ਆਉਣਗੀਆਂ ਉਹ ਸਰਕਾਰੀ ਸੈਕਟਰ ਦੀਆਂ ਪੁਰਾਣੀਆਂ ਮੰਡੀਆਂ ਨਾਲੋਂ ਚੰਗੀਆਂ ਵੀ ਹੋਣਗੀਆਂ, ਪਲੱਸ ਉਹਨਾਂ ਦੇ ਉੱਤੇ ਵਿਧਾਨ ਕੋਈ ਨਹੀਂ ਹੋਏਗਾ, ਦੂਸਰਾ ਉਹਨਾਂ ਦੀ ਟੈਕਸੇਸ਼ਨ ਘੱਟ ਹੋਣ ਕਰਕੇ ਜਿਹੜਾ ਆਮ ਖਰੀਦਦਾਰ ਹੈ ਉਹ ਕਿਸਾਨਾਂ ਦੀ ਲੁੱਟ ਵਧੇਰੇ ਕਰ ਸਕੇਗਾ, ਕਿਉਂਕਿ ਸਰਕਾਰੀ ਤੰਤਰ ਦੀਆਂ ਮੰਡੀਆਂ ਜਿਹੜੀਆਂ ਨੇ ਉਹਨਾਂ ਦਾ ਖਤਮ ਹੋਣਾ ਲਗਭਗ ਯਕੀਨੀ ਹੋ ਜਾਂਦਾ ਪ੍ਰਾਈਵੇਟ ਸੈਕਟਰ ਦੀਆਂ ਮੰਡੀਆਂ ਦੇ ਮੁਕਾਬਲੇ ਚ। ਫਿਰ ਇਹ ਆ ਕਿ ਜੇਕਰ ਕੋਈ ਉਹਨਾਂ ਦਾ ਵਿਧਾਨਕ ਸਾਡਾ ਸੂਬੇ ਦਾ ਕੁੰਡਾ ਹੀ ਕੋਈ ਨੀ ਉਹਨਾਂ ਦੇ ਸਿਰ ਦੇ ਉੱਤੇ, ਤਾਂ ਕੁਦਰਤੀ ਗੱਲ ਹੈ ਜੇ ਜਦੋਂ ਮਸਲਾ ਖੜਾ ਹੋਣਾ ਕੋਈ ਨਾ ਕੋਈ ਵਪਾਰੀ ਨਾਲ ਹੋਣਾ ਜਾਂ ਉਸ ਅਦਾਰੇ ਨਾਲ ਹੋਣਾ, ਤਾਂ ਉਹ ਪੈਸੇ ਜਿਹੜੇ ਨੇ ਉਹ ਹਾਸਲ ਕਰਨ ਵਾਸਤੇ ਅਸੀਂ ਸਭ ਤੋਂ ਵੱਧ ਅਪੀਲ ਕਰ ਸਕਦੇ ਹਾਂ SDM ਕੋਲ, SDM ਤੋਂ ਵੱਧ DC ਕੋਲ। ਇਹ ਸ਼ਾਇਦ ਦੇਸ਼ 'ਚ ਪਹਿਲੀ ਵਾਰੀ ਕੋਈ ਕਾਨੂੰਨ ਇਹੋ ਜਿਹਾ ਬਣਾਇਆ ਗਿਆ ਜਿਹਦੇ ਵਿੱਚ ਜਿਹੜੀਆਂ ਜਨਰਲ ਕੋਰਟਸ ਨੇ, ਜਿਹੜੀਆਂ ਨਿਆਂਪਾਲਿਕਾ ਦੇਸ਼ ਦੀ, ਉਹਦੇ ਵਿੱਚ ਸਾਨੂੰ ਸੁਣਵਾਈ ਦਾ ਅਧਿਕਾਰ ਖੁੱਸਿਆ। ਜਥੇਬੰਦੀਆਂ ਦਾ ਮੰਨਣਾ ਇਹ ਆ ਕਿ ਸਾਡੇ ਸੂਬੇ ਦੇ ਹਰ ਸੂਬੇ ਦੇ ਅਧਿਕਾਰਾਂ ਦੇ ਵਿੱਚ ਦਖਲ ਅੰਦਾਜ਼ੀ ਹੈ ਕੇਂਦਰ ਦੀ, ਕਿਉਂਕਿ ਇਹ ਜਿਹੜਾ ਖੇਤੀਬਾੜੀ ਦਾ ਜਿਹੜਾ ਹੈਗਾ ਕੰਮ ਇਹ ਸੂਬਿਆਂ ਦੇ ਅਧਿਕਾਰ ਖੇਤਰ ਦਾ ਕੰਮ ਹੈ, ਸਟੇਟ ਲਿਸਟ ਇਹ ਕੇਂਦਰ ਦੀ ਲਿਸਟ ਜਿਹੜੀ ਹੈਗੀ, ਯੂਨੀਅਨ ਲਿਸਟ ਜਿਹੜੀ ਉਹਦੇ ਵਿੱਚ ਨਹੀਂ ਆਉਂਦਾ, ਤੇ ਨਾ ਹੀ ਕੰਕਰੰਟ ਲਿਸਟ ਜਿਹੜੀ ਸਮਵਰਤੀ ਸੂਚੀ ਹੈ, ਜਿਹੜੀ ਸਾਂਝੀ ਸੂਚੀ ਉਹਦੇ ਵਿੱਚ ਆਉਂਦਾ। ਜੇਕਰ ਉਹ ਸੂਚੀ ਚ ਨਹੀਂ ਆਉਂਦਾ ਤਾਂ ਇਹ ਪੰਜਾਬ ਹੋਵੇ ਜਾਂ ਹਰਿਆਣਾ ਹੋਵੇ ਜਾਂ UP ਹੋਵੇ ਜਾਂ ਮੱਧ ਪ੍ਰਦੇਸ਼ ਹੋਵੇ, ਬੰਗਾਲ ਹੋਵੇ, ਕੋਈ ਵੀ ਸੂਬਾ ਹੋਵੇ, ਉਹਦੇ ਹੱਕਾਂ ਦੇ ਵਿੱਚ ਇੱਕ ਦਖਲ ਅੰਦਾਜ਼ੀ ਹੈ ਜਿਹੜੀ ਕਿਸੇ ਰੂਪ ਬਰਦਾਸ਼ਤ ਨਹੀਂ ਕੀਤੀ ਜਾਣੀ ਚਾਹੀਦੀ। ਸੋ ਇਸ ਕਰਕੇ ਪਾਰਲੀਮੈਂਟ ਜਿਹੜਾ ਪਾਸ ਕੀਤਾ ਬਿੱਲ ਹੈ ਜਾਂ ਤਿੰਨੇ ਬਿੱਲ ਨੇ ਉਹ ਗੈਰ ਕਾਨੂੰਨੀ, ਗੈਰ ਇਖਲਾਕੀ ਔਰ ਗੈਰ ਜ਼ਿੰਮੇਵਾਰਾਨਾ ਹਰਕਤ ਹੈ ਉਸ ਬਹੁਮਤ ਦੇ ਸਿਰ ਦੇ ਉੱਤੇ, ਜਿਹੜੇ ਬਹੁਮਤ ਦੀ ਸਿਰਫ ਲੋਕ ਸਭਾ ਚ ਉਹਨਾਂ ਕੋਲ ਪ੍ਰਵਾਨਗੀ ਹੈ, ਰਾਜ ਸਭਾ ਦੇ ਵਿੱਚ ਉਹ ਅਲਪਮਤ ਨੇ, ਉੱਥੇ ਉਹਨਾਂ ਨੇ ਵੋਟਿੰਗ ਹੀ ਨਹੀਂ ਕਰਵਾਈ, ਜਦਕਿ ਇੱਕ ਵੀ ਬੰਦਾ ਆਖੇ ਤਾਂ ਵੋਟਿੰਗ ਕਰਵਾਉਣੀ ਪੈਂਦੀ ਹੈ। ਉਹਨਾਂ ਨੇ ਜ਼ਬਾਨੀ ਜਮ੍ਹਾਂ ਖਰਚ ਕਰਕੇ, ਜ਼ਬਾਨੀ ਹਾਮੀ ਲੈ ਕੇ ਤੇ ਉਸਨੂੰ ਪਾਸ ਕਰਤਾ ਰੌਲਾ ਪਾ ਕੇ ਪਾਸ ਕਰ ਲਿਆ, ਜਿਹੜਾ ਕਿਸੇ ਵੀ ਤਰ੍ਹਾਂ ਨਾਲ ਵਿਧਾਨਕ ਨਹੀਂ ਹੈ। ਜੀ ਸਰ, ਸਿਰਫ ਕੇਂਦਰ ਵੱਲੋਂ ਜਿਹੜਾ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਕਿਸਾਨ ਜਿਹੜੇ ਨੇ ਆਪਣੇ ਮੰਗਾਂ ਤੇ ਡਟੇ ਹੋਏ ਨੇ, ਖੇਤੀਬਾੜੀ ਕਾਨੂੰਨ ਨੇ ਇਹਨਾਂ ਨੂੰ ਰੱਦ ਕੀਤਾ ਜਾਵੇ, ਹੁਣ ਤੁਹਾਨੂੰ ਕੀ ਲੱਗਦਾ ਹੈ ਜਿਹੜਾ ਕੇਂਦਰ ਹੈ ਆਪਣਾ ਅੜੀਅਲ ਰਵੱਈਆ ਖਤਮ ਕਰੇਗੀ? ਹੁਣ ਗੱਲ ਬੱਚੇ ਇਹ ਆ ਕਿ ਕੇਂਦਰ ਸਰਕਾਰ ਜਿਹੜੀ ਇਹ ਗੱਲ ਕਹਿੰਦੀ ਹੈ ਕਿ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ, ਸਹੀ ਕਹਿ ਰਿਹਾ ਕੇਂਦਰ, ਪਰ ਕੇਂਦਰ ਇਹ ਵੀ ਨਾਲ ਕਹੇ ਕਿ ਕੇਂਦਰ ਵੱਲੋਂ ਹੀ ਗੁੰਮਰਾਹ ਕੀਤਾ ਜਾ ਰਿਹਾ, ਇਹ ਤੁਹਾਡੇ ਭਲੇ ਵਿੱਚ ਨੇ। ਕਿਸਾਨ ਨੂੰ ਗੁੰਮਰਾਹ ਇਸ ਗੱਲ ਤੇ ਕੀਤਾ ਜਾ ਰਿਹਾ ਕਿ ਇਹ ਬਿੱਲ ਤੇਰੇ ਭਲੇ ਚ ਨੇ, ਤੈਨੂੰ ਸਮਝ ਨਹੀਂ ਆ ਰਹੀ
जी कि किसान तो यह भी जानता होंगे दाणा बीजन तो पहला जानता होंगे कि यह दाणा उगेगा कि नहीं उगेगा। जी इस करके किसान नूं इन्ना भोला ना समझे केंद्र सरकार, किसी को पता ही नहीं लगता यह गुमराह होने वाला नहीं ना यह करने वाला किसी ने, तो भोला पंछी जरूर जानता है कि कहड़ी नीति साढ़े वास्ते कदों किस अंदाज दे विच नुकसानकारी है। ये गल सियासी पार्टियां दी है, जी सियासी पार्टियां नूं तां किसान जथेबंदियां मंजे ते भी नहीं बैठ दिंदियां, गुमराह किहने करना इहनां नूं। हां जी इह तां अखर अखर इस गल बारे बड़े स्पष्ट ने कि कहड़ी चीज कहड़ी मद कहड़े वेले किस तरह नुकसान सानूं पहुंचाएगी, और नीम जहर जी नूं कहा इस कानून नूं ਇਹ ਅਲਟੀਮੇਟਲੀ ਸਾਡੇ ਸੂਬੇ ਦੇ ਕਿਸਾਨਾਂ ਵਾਸਤੇ ਮਿੱਠਾ ਜ਼ਹਿਰ ਆ ਜਿਹੜਾ ਹੌਲੀ 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 ਸਲੋ ਪੋਇਜ਼ਨਿੰਗ ਵਾਂਗ ਸਾਨੂੰ ਨੁਕਸਾਨ ਕਰੇਗਾ। ਸਾਲ ਅਸੀਂ ਦਿੰਦੇ ਹਾਂ ਕਿ ਜਦੋਂ ਈਸਟ ਇੰਡੀਆ ਕੰਪਨੀ ਆਈ ਅੰਗਰੇਜ਼ਾਂ ਦੀ, ਜਹਾਂਗੀਰ ਦੇ ਕੋਲ ਆਈ ਤੇ ਜਹਾਂਗੀਰ ਨੇ ਰਿਜੈਕਟ ਕਰਤਾ, ਜਹਾਂਗੀਰ ਨੇ ਰਿਜੈਕਟ ਕਰਤਾ ਤੇ ਉਦੋਂ ਬਾਅਦ ਵਿੱਚ ਉਹਨੇ ਅਹਿਲਕਾਰ ਕੰਢ ਲਏ ਉਹਦੇ, ਉਦੋਂ ਬਾਅਦ ਵਿੱਚ ਕੰਪਨੀ ਨੂੰ ਪ੍ਰਵਾਨਗੀ ਮਿਲ ਗਈ, ਈਸਟ ਇੰਡੀਆ ਕੰਪਨੀ ਨੇ ਵਪਾਰ ਕਰਨਾ ਸ਼ੁਰੂ ਕਰਤਾ, ਤੇ ਜਿਹੜਾ ਉਹਦਾ ਅੱਗੋਂ ਵੰਸ਼ ਸੀਗਾ ਬਹਾਦਰ ਸ਼ਾਹ ਜਫਰ, ਉਹ ਉਸੇ ਈਸਟ ਇੰਡੀਆ ਕੰਪਨੀ ਕੋਲ ਅਰਜ਼ੀਆਂ ਦੇ ਰਿਹਾ ਸੀ ਕਿ ਮੈਨੂੰ ਤੁਸੀਂ ਮੇਰੇ ਵਾਸਤੇ ਵਜ਼ੀਫਾ ਦਿਲਾ ਦਿਓ। ਜਿਹੜੇ ਮੁਲਕ ਦੇ ਹਾਕਮ ਸੀ ਉਹਨਾਂ ਨੂੰ ਅਲਟੀਮੇਟਲੀ ਅਰਜ਼ੀਆਂ ਲਿਖਣ ਵਾਲੇ ਬਣਾ ਦਿੱਤਾ ਗਿਆ ਇਹਨਾਂ ਬਹੁ ਕੌਮੀ ਕੰਪਨੀਆਂ ਵੱਲੋਂ। ਸੋ ਅੱਜ ਜਦੋਂ ਵੱਡੇ ਅਦਾਰੇ ਜਿਹੜੇ ਖਾਸ ਕਰਕੇ ਦੇਸ਼ ਦੇ ਵਿੱਚ ਥੈਲੀ ਸ਼ਾਹ ਵੱਡੇ ਨੇ, ਜਿਹੜੇ ਵੱਡੇ ਅਮੀਰਜ਼ਾਦੇ ਹਕੂਮਤਾਂ ਤੋੜਦੇ ਬਣਾਉਂਦੇ ਨੇ, ਜਿਹੜਾ ਉਹ ਇੱਕ ਵੱਖਰੀ ਕਿਸਮ ਦਾ ਜਿਹੜਾ ਇੱਕ ਮਾਫੀਆ ਸ਼ੁਰੂ ਹੋ ਗਿਆ, ਪਾਵਰ ਸੈਂਟਰ ਬਣ ਗਿਆ, ਖਾਸ ਕਰਕੇ ਪੈਸੇ ਦੇ ਸਿਰ ਤੇ ਪੈਸੇ ਦੇ ਜ਼ੋਰ ਤੇ ਉਹ ਸਾਡੇ ਹਵਾਈ ਅੱਡੇ ਲੈ ਗਿਆ, ਸਮੁੰਦਰੀ ਬੇੜੇ ਲੈ ਗਿਆ, ਸਾਡੀਆਂ ਜ਼ਮੀਨਾਂ ਤੇ ਹੁਣ ਅੱਖ ਹੈ, ਰੇਲਵੇ ਲੈ ਗਿਆ। ਸੱਤਾ ਦੇ ਵਿੱਚ ਭਾਈਵਾਲ ਬਣ ਕੇ ਉਸ ਨੇ ਆਪਣੇ ਹੱਥ ਨਾਲ ਫਿਰਕੀ ਘੁਮਾਉਣੀ ਸ਼ੁਰੂ ਕਰ ਦਿੱਤੀ, ਤਾਂ ਉਸ ਸੂਰਤ ਨੂੰ ਅੱਗੇ ਵਧਣ ਤੋਂ ਬਾਅਦ ਰੋਕਣ ਵਾਸਤੇ, ਉਸ ਅਥਰੇ ਘੋੜੇ ਨੂੰ ਅੱਗੇ ਵਧਣ ਕਿਸਾਨ ਜਥੇਬੰਦੀਆਂ ਨੇ ਦਿੱਲੀ ਚ ਮੋਰਚਾ ਲਾਇਆ ਹੋਇਆ। ਲੱਗ ਨਹੀਂ ਰਿਹਾ ਕਿ ਕੇਂਦਰ ਸਰਕਾਰ ਇਸ ਗੱਲ ਨੂੰ ਸਮਝ ਰਹੀ ਹੈ ਕਿ ਇਸ ਦੀ ਗੰਭੀਰਤਾ ਕਿੰਨੀ ਹੈ। ਸਾਡੇ ਪੰਜਾਬੀ ਹੋਣ ਜਾਂ ਬੰਗਾਲੀ ਹੋਣ, ਕਿਸਾਨ ਕਿਸਾਨ ਹੈ ਜੀ, ਨਾ ਉਹ ਹਿੰਦੂ ਹੈ, ਨਾ ਉਹ ਸਿੱਖ ਹੈ, ਨਾ ਉਹ ਈਸਾਈ ਹੈ, ਨਾ ਉਹ ਮੁਸਲਿਮ ਹੈ। ਇਹਨਾਂ ਨੇ ਪਹਿਲਾਂ ਇਹਨਾਂ ਨੂੰ ਕਿਹਾ ਜੀ ਇਹਨਾਂ ਨੂੰ ਕਾਂਗਰਸ ਪ੍ਰਵੋਕ ਕਰਦੀ ਹੈ, ਫਿਰ ਕਿਹਾ ਜੀ ਇਹ ਖਾਲਿਸਤਾਨੀ ਨੇ, ਫਿਰ ਕਿਹਾ ਜੀ ਇਹ ਖਾਲਿਸਤਾਨੀ ਨਹੀਂ ਇਹ ਤਾਂ ਨਕਸਲਵਾੜੀਏ ਨੇ। ਕਿਹੜਾ ਭੈੜਾ ਨਾਂ ਆ ਜਿਹੜਾ ਮਤਲਬ ਕਿਸਾਨ ਜਥੇਬੰਦੀਆਂ ਦੇ ਨਾਲ ਨਹੀਂ ਜੋੜਿਆ ਗਿਆ, ਲਕਬ ਨਹੀਂ ਜੋੜਿਆ ਗਿਆ। ਔਰ ਮੈਂ ਤੇ ਹੈਰਾਨ ਹਾਂ ਇਸ ਗੱਲ ਤੇ, ਦਿੱਲੀ ਦੇ ਬਾਰਡਰ ਤੇ ਬੈਠ ਕੇ 26 ਤਰੀਕ ਤੋਂ ਬਾਅਦ ਚ, 26 ਨਵੰਬਰ ਤੋਂ ਬਾਅਦ ਚ ਇੰਨੇ ਸ਼ਾਂਤ ਹੋ ਕੇ ਬੈਠੇ ਹੋਏ ਨੇ। ਅੱਜ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਦਿਹਾੜਾ, ਤਾਂ ਮੈਨੂੰ ਇੰਝ ਲੱਗਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ, ਸਿੱਧ ਸਬਰ ਸੰਤੋਖ ਜਿਹੜਾ ਹੈਗਾ, ਉਸ ਤੋਂ ਪਹਿਲਾਂ ਗੁਰੂ ਪੰਜਵੇਂ ਪਾਤਸ਼ਾਹ ਦਾ ਸਬਰ ਸੰਤੋਖ ਜਿਹੜਾ ਹੈਗਾ, ਉਹ ਸਭ ਪੜ੍ਹ ਲਿਆ ਸਾਡੇ ਵੀਰਾਂ ਨੇ। ਔਰ ਉਸੇ ਤਰ੍ਹਾਂ ਨਾਲ ਹੀ ਮਾਈਆਂ ਦਾ ਬਰਜਾਈਆਂ ਉੱਥੇ ਲੰਗਰ ਪਕਾ ਰਹੀਆਂ ਨੇ, ਧੀਆਂ ਭੈਣਾਂ ਨੇ ਉੱਥੇ, ਬਜ਼ੁਰਗ ਬਾਬੇ ਨੇ, ਕੋਈ ਕਿਤਾਬਾਂ ਪੜ੍ਹ ਰਿਹਾ, ਕੋਈ ਕਿਤਾਬਾਂ ਵੰਡ ਰਿਹਾ, ਕੋਈ ਮੈਗਜ਼ੀਨ ਉੱਥੇ ਹਾਂਜੀ ਉਹਦੇ ਵਿੱਚ ਵੀ ਆਪਣਾ ਸੁਨੇਹਾ ਰੋਜ਼ ਦੇਣਗੇ। ਇਹ ਆਪਣੇ ਆਪ ਚ ਬੜੀ ਵੱਡੀ ਚਪੇੜ ਆ ਉਸ ਗੋਦੀ ਮੀਡੀਆ ਦੇ ਮੂੰਹ ਦੇ ਉੱਤੇ, ਤੇ ਜਿਹੜੀਆਂ ਕਿਸਾਨ ਜਥੇਬੰਦੀਆਂ ਦੀਆਂ ਚੰਗੀਆਂ ਗੱਲਾਂ ਨੇ ਉਹ ਪ੍ਰਵੋਕ ਕਰਨ ਵਾਸਤੇ ਉਹਨਾਂ ਨੂੰ ਸਗੋਂ ਨੈਗੇਟਿਵਿਟੀ ਦੇ ਰੂਪ ਦੇ ਵਿੱਚ ਪੇਸ਼ ਕਰਦਾ। ਸੋ ਮੈਨੂੰ ਲੱਗਦਾ ਕਿ ਇੱਕ ਵੱਖਰੀ ਕਿਸਮ ਦੀ ਕਲਾ ਵਰਤ ਰਹੀ ਉੱਥੇ ਇਸ ਵਕਤ, ਜਿਹੜਾ ਗੁੰਮਰਾਹ ਕਰਨ ਵਾਲਾ ਉਹ ਪ੍ਰਚਾਰ ਤੰਤਰ ਸ਼ੁਰੂ ਕਰ ਦਿੱਤਾ ਸਾਰੇ ਅਖਬਾਰਾਂ ਚ ਵੱਡੇ ਵੱਡੇ ਇਸ਼ਤਿਹਾਰ ਦੇ ਕੇ, ਰੇਡੀਓ ਟੈਲੀਵਿਜ਼ਨ ਚੈਨਲ ਦੇ ਉੱਤੇ ਆਪਣੀ ਡਿਸਕਸ਼ਨ ਪਾ ਪਾ ਕੇ ਝੂਠੀਆਂ ਸੱਚੀਆਂ, ਉਹ ਗੁੰਮਰਾਹ ਕਰਨਾ ਬੰਦ ਕਰ ਦੇਣ। ਬਾਕੀ ਜਿੱਥੋਂ ਦਾ ਗੁਜਰਾਤ ਮਾਡਲ ਦੀ ਗੱਲ ਬਾਰ ਬਾਰ ਕਰਦੇ ਨੇ ਮੋਦੀ ਸਾਹਿਬ, ਮੋਦੀ ਸਾਹਿਬ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਗੁਜਰਾਤ ਦੇ ਵਿੱਚ MSP ਜਿਹੜੀ ਲਾਗੂ ਨਹੀਂ ਹੈ, ਜੇ ਲਾਗੂ ਹੈ ਤੇ ਬੜੀ ਪਾਰਟਲੀ ਬੜੀ ਛੋਟੀ ਜਿਹੀ ਟੋਟੇ ਦੇ ਉੱਤੇ ਹੈ, ਦੀ ਜਿਹੜੀ ਉਪਜ ਹੈ ਉਹ ਅੱਧ ਮੁੱਲ ਤੇ ਵੀ ਨਹੀਂ ਵਿਕਦੀ। ਐਸੀ ਕਣਕ ਉਹਨਾਂ ਦੀ 1200 ਰੁਪਏ ਕੁਇੰਟਲ ਵਿਕੀ ਹੈ, ਜਦਕਿ ਪੰਜਾਬ ਦੇ ਵਿੱਚ ਉਹੀ 1900 ਰੁਪਏ ਸੀ। ਸੋ ਇਸ ਕਰਕੇ ਸਾਨੂੰ ਇਸ ਗੱਲ ਦਾ ਖਿਆਲ ਕਰਨਾ ਚਾਹੀਦਾ ਕਿਸ ਤਰ੍ਹਾਂ ਦੇ ਮਾਡਲ ਜਿਹੜੇ ਨੇ ਉਹ ਲੋਕਾਂ ਨੂੰ ਵੇਚ ਰਹੇ ਆ, ਔਰ ਇਹ ਮਾਡਲ ਅਲਟੀਮੇਟਲੀ ਜੇ ਕਿਸਾਨੀ ਨਾ ਰਹੀ ਤਾਂ ਵਿਕਾਸ ਦਾ ਸਾਰਾ ਪਹੀਆ ਜਿਹੜਾ ਹੈਗਾ ਉਹ ਵਿਚਲਿਤ ਹੋ ਜਾਏਗਾ। ਇੱਕ ਗੱਲ ਪੁੱਤਰ ਹੋਰ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਕਿ ਪੂਰੇ ਸੂਬੇ ਪੰਜਾਬ ਦੀ ਗੱਲ ਜੇ ਕਰੀਏ, ਆਪਾਂ ਪੂਰੇ ਮੁਲਕ ਦੀ ਜੇ ਗੱਲ ਕਰੀਏ, ਤਾਂ 80% ਲੋਕਾਂ ਦੀ ਨਿਰਭਰਤਾ ਜਿਹੜੀ ਹੈ ਉਹ ਖੇਤੀਬਾੜੀ ਦੇ ਉੱਤੇ। ਸੋ ਜੇਕਰ ਕਿਸਾਨ ਨਾ ਰਿਹਾ ਤਾਂ ਇਸ ਮੁਲਕ ਦੇ ਵਿੱਚ ਨਿਸ਼ਾਨ ਵੀ ਨਹੀਂ ਰਹਿਣਾ ਤੇ ਵਿਧਾਨ ਵੀ ਨਹੀਂ ਰਹਿਣਾ, ਕਿਉਂਕਿ ਵਿਧਾਨ ਦੀ ਬੇਹੁਰਮਤੀ ਦੇ ਨਾਲ ਜਿਹੜਾ ਕਿਸਾਨ ਦੀ ਤਬਾਹੀ ਹੈ ਉਹ ਕਰਨ ਦੀ ਇਹਨਾਂ ਨੇ ਪਹਿਲ ਕੀਤੀ, ਜਿਹੜੀ ਆਪਣੇ ਆਪ ਤੇ ਬੜੀ ਖਤਰਨਾਕ ਹੈ। ਸਰ ਕੇਂਦਰ ਵੱਲੋਂ ਅਜਿਹੇ 16 ਸੰਗਠਨ ਇਕੱਠੇ ਕੀਤੇ ਗਏ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਇਹ ਖੇਤੀਬਾੜੀ ਕਾਨੂੰਨਾਂ ਦਾ ਸਮਰਥਨ ਕਰਦੇ ਹਾਂ, ਕੀ ਤੁਹਾਨੂੰ ਲੱਗਦਾ ਹੈ ਕੇਂਦਰ ਸਰਕਾਰ ਕਿਸਾਨ ਜਥੇਬੰਦੀਆਂ 'ਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ? ਕਿਸਾਨ ਜਥੇਬੰਦੀਆਂ 'ਚ ਫੁੱਟ ਪੁੱਤਰ ਤਾਂ ਨਹੀਂ ਪੈਂਦੀ ਹੁੰਦੀ ਇਹੋ ਜਿਹੇ ਮਾਮਲਿਆਂ ਦੇ ਵਿੱਚ, ਕਿਉਂਕਿ ਤੁਹਾਨੂੰ ਯਾਦ ਹੋਣਾ ਜੇ ਤੁਸੀਂ ਕਦੇ ਕਚਹਿਰੀਆਂ 'ਚ ਗਏ ਹੋਵੋ ਤਾਂ ਉੱਥੇ ਜੇਬ ਨੂੰ 5-7 ਪੈਨਲ ਆ ਕੇ ਉੱਥੇ ਝੂਠੇ ਲੰਬੜਦਾਰ ਜੇ ਤੁਰੇ ਫਿਰਦੇ ਹੁੰਦੇ ਆ, ਜਿਹੜੇ ਹਰ ਇੱਕ ਦੀ ਗਵਾਹੀ ਪਾਉਂਦੇ, ਜਾਣਦੇ ਹੋਣ ਨਾ ਜਾਣਦੇ ਹੋਣ ਆਪਣੀ ਪੈਸੇ ਲੈਂਦੇ ਨੇ 500 ਰੁਪਈਆ
ਤੇ ਝੂਠੀ ਗਵਾਹੀ ਪਾ ਕੇ ਤਸਦੀਕ ਕਰਕੇ ਦਿਲਾਂਬੇ ਹੁੰਦੇ ਆ। ਜੀ ਇਹ ਝੂਠੇ ਲੰਬੜਦਾਰ ਹਰ ਸਰਕਾਰ ਕੋਲ ਹੁੰਦੇ ਆ, ਕਾਂਗਰਸ ਸਰਕਾਰ ਕੋਲ ਵੀ ਹੁੰਦੇ ਸੀ, ਅਕਾਲੀਆਂ ਕੋਲ ਵੀ ਹੁੰਦੇ ਸੀ, ਉਹ ਪੱਕੇ ਰੱਖੇ ਹੁੰਦੇ, ਜਿਵੇਂ ਮਨ ਸੇਵਾ ਦਾਸ ਕਿਸੇ ਵੇਲੇ ਹੁੰਦਾ ਸੀ ਪੰਜਾਬ ਦੇ ਵਿੱਚ, ਉਹ ਹਰ ਗੱਲ ਦੀ ਝੂਠੀ ਗਵਾਹੀ ਦੇ ਦਿੰਦਾ ਸੀ, ਹਾਂ ਹਾਂ ਬਹੁਤ ਕਮਾਲ ਹੋ ਗਈ ਕਮਾਲ ਹੋ ਗਈ। ਉਹ ਇਹੋ ਜਿਹੇ ਧੂਤੂ ਹੁੰਦੇ ਨੇ, ਹਰ ਸੰਸਥਾ ਕੋਲ ਹੁੰਦੇ ਨੇ, ਹਰ ਵਿਅਕਤੀ ਕੋਲ ਹੁੰਦੇ ਨੇ, ਹਰ ਵੇਲੇ ਹੁੰਦੇ ਨੇ, ਜਿਹੜੇ ਉਹਦੇ ਝੂਠ ਦੇ ਵਿੱਚ ਹਾਮੀ ਭਰ ਸਕਣ। ਹਾਂ ਬਿਲਕੁਲ ਠੀਕ ਕਿਹਾ, ਜੋ ਕਿਹਾ ਮਹਾਰਾਜ ਨੇ ਠੀਕ ਕਿਹਾ, ਬਿਲਕੁਲ ਠੀਕ ਕਿਹਾ। ਉਹ ਸੱਤਾ ਦੇ ਗੁਲਾਮ ਹੁੰਦੇ ਨੇ, ਉਹ ਸਿਧਾਂਤ ਦੇ ਗੁਲਾਮ ਨਹੀਂ ਹੁੰਦੇ, ਤਾਕਤ ਦੇ ਗੁਲਾਮ ਹੁੰਦੇ ਨੇ, ਉਹ ਵਿਚਾਰ ਦੇ ਗੁਲਾਮ ਨਹੀਂ ਹੁੰਦੇ। ਇਸ ਕਰਕੇ ਇਸ ਕਿਸਮ ਦੀਆਂ ਜਥੇਬੰਦੀਆਂ ਬੜੀਆਂ ਆਈਆਂ ਤੇ ਬੜੀਆਂ ਗਈਆਂ। ਹੁਣ ਪਤਾ ਇਹ ਲੱਗਿਆ ਮੈਨੂੰ, ਰਾਤੀ ਦੱਸ ਰਹੇ ਸੀ ਆਪਣੇ ਸਰਦਾਰ ਬਲਵੀਰ ਸਿੰਘ ਰਾਜੇਵਾਲ, ਕਿ ਜਿਹੜੇ ਉਤਰਾਂਚਲ ਤੋਂ ਆਏ ਸੀ ਕਿਸਾਨ ਬਣ ਕੇ ਬੀਜੇਪੀ ਦੇ ਵਰਕਰਸ, ਉਹ ਵੀ ਸਾਰੇ ਜਦੋਂ ਵਾਪਸ ਪਰਤੇ ਤੇ ਜਾਂਦਿਆਂ ਨੂੰ ਉਹਨਾਂ ਲੋਕਾਂ ਨੇ, ਪਿੰਡ ਦੇ ਇਲਾਕੇ ਦੇ ਲੋਕਾਂ ਨੇ ਉਹਨਾਂ ਨੂੰ ਤੁਰ ਫਿਟੇ ਨੂੰ ਕਿਹਾ, ਉਹਨਾਂ ਦੀ ਇੱਜ਼ਤ ਨਹੀਂ ਕੀਤੀ ਜਾ ਕੇ, ਕਿ ਤੁਸੀਂ ਕਿਹੜੀ ਕਰਤੂਤ ਕਰਕੇ ਆਏ ਹੋ, ਆਪਣੇ ਭਰਾਵਾਂ ਦੇ ਖਿਲਾਫ਼ ਭੁਗਤ ਕੇ ਆਏ ਹੋ। ਇਹੋ ਗੱਲ ਗੁਜਰਾਤ ਦੇ ਵਿੱਚ ਅੱਜ ਫਾਰਮਰ ਇੱਕ ਦੱਸ ਰਿਹਾ ਸੀ, ਕਿ ਜਦੋਂ ਕੱਛ ਇਲਾਕੇ ਤੋਂ ਜਦੋਂ ਮੋਦੀ ਜੀ ਗਏ ਨੇ ਉੱਥੇ, ਤਾਂ ਜਿਹੜਾ ਵਫ਼ਦ ਮਿਲਿਆ ਉਹ ਬੀਜੇਪੀ ਦਾ ਇੱਕ ਬਲਾਕ ਪ੍ਰਧਾਨ ਹੈ ਜਗਰਾਜ ਸਿੰਘ, ਉਹ ਮਿਲਿਆ, ਉਹਦੇ ਪੰਜ ਸੱਤ ਬੰਦੇ ਬੀਜੇਪੀ ਦੇ ਹੋਰ ਸੀ। ਹੁਣ ਜੇ ਉਹਨਾਂ ਨੂੰ ਕਿਸਾਨ ਬਣਾ ਕੇ ਪੇਸ਼ ਕਰਨਾ, ਤੇ ਵੇਖਣ ਨੂੰ ਤੇ ਕਿਸਾਨ ਹੀ ਨੇ, ਕੰਮ ਵੀ ਖੇਤੀਬਾੜੀ ਦਾ ਕਰਦੇ ਨੇ, ਪਰ ਇੱਕ ਡਿਸਿਪਲਿਨ ਚ ਬੱਝੇ ਨੇ, ਉਹ ਖਿਲਾਫ਼ ਜਾ ਹੀ ਨਹੀਂ ਸਕਦੇ। ਜਦਕਿ ਗੁਜਰਾਤ ਦੇ ਜਿਹੜੇ ਕਿਸਾਨ ਨੇ, ਉਹ ਤੇ ਆ ਕੇ ਦਿੱਲੀ ਆ ਕੇ ਬੈਠੇ ਨੇ, ਭਾਵੇਂ ਗਿਣਤੀ ਬਹੁਤ ਥੋੜੀ ਉਹਨਾਂ ਦੀ, ਪਰ ਇਹਦਾ ਮਤਲਬ ਇਹ ਨੀ ਹੈਗਾ ਕਿ ਵਿਰੋਧ ਹੈ ਨੀ। ਸੋ ਇਸ ਕਰਕੇ ਜਿਹੜਾ ਵਿਰੋਧ ਆ ਬਿੱਲਾਂ ਦਾ, ਉਹ ਸਿਧਾਂਤਕ ਵਿਰੋਧ ਆ, ਉਸ ਨੂੰ ਸੋਧ ਕੀਤੇ ਬਿਨਾਂ, ਸੋਧ ਦਾ ਮਤਲਬ ਇਹ ਨੀ ਹੈਗਾ ਕਿ ਉਹ ਚੋਂ ਕੁਛ ਹਿੱਸਾ ਕੱਟ ਲਓ। ਜਦੋਂ ਕੋਈ ਵੀ ਫਲ ਗਲ ਜਾਂਦਾ ਤੇ ਆਪਾਂ ਉਹਦੇ ਵਿੱਚੋਂ ਦੋ ਫਾੜੀਆਂ ਜੇ ਸਹੀ ਵੀ ਹੋਣ ਤਾਂ ਸਾਰਾ ਸਾਰਾ ਹੀ ਸੁੱਟਦੇ ਨੇ ਸੰਤਰਾ। ਇਸ ਕਰਕੇ ਕੇਂਦਰ ਸਰਕਾਰ ਨੂੰ ਲੋਕ ਮਨ ਜਿੱਤਣਾ ਚਾਹੀਦਾ, ਆਪਣੀ ਹਿੰਡ ਜਾਗਣੀ ਚਾਹੀਦੀ ਹੈ, ਜਿੱਦ ਨਹੀਂ ਕਰਨੀ ਚਾਹੀਦੀ, ਨਾ ਕਿ ਲੋਕਤੰਤਰ ਵਿੱਚ ਅਜਾਰੇਦਾਰ ਵੱਡੇ ਨੇ ਜਾਂ ਸੱਤਾਵਾਨ ਵੱਡੇ ਨੇ। ਤੇ ਇਹ ਸੀ ਸਾਡੇ ਨਾਲ ਪ੍ਰਸਿੱਧ ਲੇਖਕ ਗੁਰਭਜਨ ਗਿੱਲ ਜੀ, ਅਸੀਂ ਫਿਰ ਤੋਂ ਹਾਜ਼ਰ ਹੋਵਾਂਗੇ ਹੋਰ ਪ੍ਰੋਗਰਾਮਾਂ ਦੇ ਨਾਲ। ਤਦ ਤੱਕ ਲਈ ਦੇਖਦੇ ਰਹੋ ਪੰਜਾਬ ਮਿਲ ਯੂਐਸਏ ਟੀਵੀ ਚੈਨਲ।